काहे रे काहे रे बन खोजन जा काहे रे काहे रे मन खोजे न जाई काहे रे काहे रे बन खोजन जाई बन खोजन जाई सर्व निवासी सदा ले सर्व निवासी सदा अलेपा तो ही संग समा सर्व निवासी सर्व निवासी सदा ले सर्व निवासी सदा
Kahe re, man kujhe ne jaaye.
ਸਰਬ ਨਿਵਾਸੀ ਸਦਾ ਲੈ ਪਾ ਤੋਹੀ ਸੰਗ ਸਮਾਈ ਤੋਹੀ ਸੰਗ ਸਰਬ ਨਿਵਾਸੀ
ਨਿਵਾਸੀ ਅੰਤਰ ਏਕੋ ਅੰਤਰ ਏਕੋ ਬਾਹਰ ਏਕੋ ਸਭ ਮੈਂ ਏਕ ਸਮਾਇਓ ਸਰਬ ਨਿਵਾਸੀ ਸਭ ਘਟ ਰਾਮ ਬੋਲੇ ਸਰਬ ਨਿਵਾਸੀ ਸਭ ਘਟ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਰਾਮ ਬਿਨਾ ਕੋ ਬੋਲੇ ਰੇ ਇੱਕ ਲੁਮਾਟੀ ਪੁੰਚਰ ਚਿੱਟੀ ਇੱਕ ਲੁਮਾਟੀ ਕੁੰਚਰ ਚਿੱਟੀ ਭਜਨ ਹੈ ਮੋਟਾ ਨਾਰੇ ਸਥਾਵਰ ਜੰਗਮ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਨ ਰੇ ਕਾਹੇ ਰੇ ਬਨ ਖੋਜਨ ਜਾਈ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਨ ਰੇ ਕਾਹੇ ਰੇ ਬਨ ਖੋਜਨ ਜਾਈ ਉਹਾਂ ਤੋ ਜਾਈਏ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ ਕਾਹੇ ਰੇ ਬਨ ਖੋਜਨ ਜਾਈ ਉਹਾਂ ਤੋ ਜਾਈਏ ਸਰਬ ਨਿਵਾਸੀ ਸਦਾ ਅਲੇ ਪਾ ਉਹੀ ਸੰਗ ਸਮਾਈ ਮਦ ਜਿਉ ਬਾਸ ਵਸਤ ਹੈ ਰੁਕਣਾ ਚਾਹੁੰਦਾ ਐਗਜ਼ਾਮਪਲ ਵੱਲੋਂ ਵਜੋਂ ਇੱਕ ਲਫ਼ਜ਼ ਵਰਤਿਆ ਨੇ ਨਿਰੰਕਾਰ ਸਾਰਿਆਂ ਵਿੱਚ ਰਹਿੰਦਾ ਉਹਨੂੰ ਭਾਲਣ ਦੀ ਲੋੜ ਨਹੀਂ ਭਾਲਣ ਵਿੱਚ ਮੁਸ਼ਕਲਾਂ ਵੀ ਆ ਸਕਦੀਆਂ ਨੇ ਇੱਕ ਵਾਰ ਅਰਜ਼ ਕੀਤੀ ਸੀ ਜਿਹਨੇ ਭਾਲਣਾ ਹੋਵੇ ਨਾ ਢੂੰਡਣਾ ਹੋਵੇ ਉਹਨੂੰ ਉਹਦੀ ਸ਼ਕਲੋ ਸੁਭਾਅ ਦਾ ਉਹਦੇ ਪਹਿਰਾਵੇ ਦਾ ਉਹਦੀ ਬੋਲੀ ਦਾ ਪਤਾ ਹੋਣਾ ਚਾਹੀਦਾ
ਤੇ ਜੇ ਪਤਾ ਹੀ ਨਹੀਂ ਸ਼ਕਲ ਕਿਹੜੀ ਹੈ ਕਿਹਨੂੰ ਪਾਲੇਗਾ। ਜੇ ਉਹਨੂੰ ਪਤਾ ਹੀ ਨਹੀਂ ਵੀ ਇਹਦਾ ਪਹਿਰਾਵਾ ਕੀ ਹੈ ਤਾਂ ਕਿਹਨੂੰ ਪਾਲੇਗਾ। ਪਤਾ ਹੋਣਾ ਚਾਹੀਦਾ ਹੈ। ਤੇ ਮੈਂ ਬਹੁਤ ਦੇਰ ਹੋਈ ਇੱਕ ਆਵਾਜ਼ ਕੀਤੀ ਸੀ, ਇਸੇ ਲਈ ਰੱਬ ਨੂੰ ਢੂੰਡਣ ਵਾਲੇ ਬਹੁਤ ਸਾਰੇ ਲੋਕ ਥੱਕ ਗਏ। ਤੇ ਕਿਉਂ ਥੱਕ ਗਏ? ਆ ਇੱਕ ਲਫ਼ਜ਼ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਦਾ ਇਸ ਫੈਸਲਾ ਦਿੰਦਾ ਹੈ। ਉਹ ਕਿਉਂ ਥੱਕ ਗਏ? ਥੱਕ ਇਸ ਲਈ ਗਏ ਕਿਉਂਕਿ ਉਹਦੀ ਸ਼ਕਲ ਕੋਈ ਨਹੀਂ ਸੀ ਜਿਹਨੂੰ ਪਾੜ ਰਹੇ ਸਨ। ਉਹਦਾ ਰੰਗ ਕੋਈ ਨਹੀਂ ਸੀ ਜਿਹਨੂੰ ਪਾਲ ਰਹੇ ਸਨ। ਰੂਪ ਨਾ, ਰੇਖ ਨਾ, ਰੰਗ ਕਿਛ, ਤ੍ਰੈਗੁਣ ਤੇ ਬ੍ਰਹਮਿੰਨ। ਇੱਥੇ ਵੀ ਇੱਕ ਲਫ਼ਜ਼ ਵਰਤ ਦਿੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ। ਅੱਜ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਲੜੀ ਜਿੱਥੋਂ ਰੁਕੇ ਸਾਂ ਪਿਛਲੇ ਵਰ੍ਹੇ, ਉੱਥੋਂ ਅੱਜ ਫਿਰ ਸ਼ੁਰੂ ਕੀਤੀ ਹੈ। ਅਤੇ ਵਿਚਾਰ ਖਿਆਲ ਇਹੋ ਸੀ ਵੀ ਨਵੇਂ ਮਹੱਲੇ ਦੇ ਸਲੋਕਾਂ ਦਾ ਕੀਰਤਨ ਤਾਂ ਸੰਪੂਰਨ ਹੋ ਚੁੱਕਾ ਹੈ, ਸ਼ਬਦਾਂ ਦਾ ਨਹੀਂ ਸੀ ਹੋਇਆ, ਤਾਂ ਕਿ ਸਾਰੇ ਸ਼ਬਦਾਂ ਦਾ ਵੀ ਕੀਰਤਨ ਹੋ ਜਾਏ, ਤਾਂ ਕਿ ਸੰਪੂਰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦੀ ਲੜੀ ਹੋ ਜਾਏ। ਤਾਂ ਉਸ ਲੜੀ ਦੇ ਆਰੰਭ ਵਿੱਚ ਜਿੱਥੋਂ ਸਮਾਪਤ ਕੀਤਾ ਸੀ ਪਿਛਲੇ ਵਰ੍ਹੇ, ਕਿਉਂਕਿ ਸਰਦੀਆਂ ਵਿੱਚ ਵਿੰਟਰ ਵਿੱਚ ਲੜੀ ਰੋਕ ਦਿੱਤੀ ਜਾਂਦੀ ਹੈ ਸ਼ਾਮ ਦੇ ਟਾਈਮ 'ਤੇ, ਕਈ ਵਾਰ ਸਰਦੀ ਜ਼ਿਆਦਾ ਹੁੰਦੀ, ਕਈ ਵਾਰ ਸਨੋਅ ਪੈ ਜਾਂਦੀ ਇਸ ਮੁਲਕ ਵਿੱਚ, ਤਾਂ ਸੰਗਤ ਨੂੰ ਰਾਤ ਦੇ ਟਾਈਮ 'ਤੇ ਆਉਣਾ ਮੁਸ਼ਕਲ ਕਈ ਵਾਰੀ ਬਣ ਜਾਂਦਾ ਸੀ। ਇਸ ਲਈ ਵਿੰਟਰ ਵਿੱਚ ਰਾਤ ਨੂੰ ਬੰਦ ਕਰ ਦੇਈਦੀ ਹੈ ਅਤੇ ਸਮਰ ਵਿੱਚ ਸ਼ੁਰੂ ਕਰ ਲਈਦੀ ਹੈ। ਤਾਂ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਲੜੀ ਜਿੱਥੋਂ ਰੋਕੀ ਸੀ ਉੱਥੋਂ ਸ਼ੁਰੂ ਹੋਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਬਦਾਵਲੀ ਵਿੱਚ ਇੱਕ ਬੜਾ ਵੱਡਾ ਖੁਲਾਸਾ ਕੀਤਾ ਗਿਆ ਅੱਜ ਪਹਿਲੇ ਦਿਨ ਦੇ ਸ਼ਬਦ ਵਿੱਚ। ਕਾਹੇ ਰੇ ਕਾਹੇ ਰੇ ਬਣ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਵਾਈ। ਅਗਲੀ ਲਾਈਨ ਆਈ ਸੀ ਜਿਸ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ ਬਹੁਤ ਸਾਰੇ ਲੋਕ ਢੂੰਡਦੇ ਢੂੰਡਦੇ ਥੱਕ ਗਏ, ਮਯੂਸ ਹੋ ਗਏ, ਅਸਫਲ ਹੋ ਗਏ। ਕਿਉਂ? ਕਿਉਂਕਿ ਜਿਹਨੂੰ ਢੂੰਡਣਾ ਹੋਵੇ
ਉਹਦੀ ਸ਼ਕਲ ਸੁਭਾਅ ਦਾ, ਉਹਦੇ ਪਹਿਰਾਵੇ ਦਾ, ਉਹਦੀ ਕੋਈ ਨਿਸ਼ਾਨੀ ਤੇ ਕੋਲ ਹੋਣੀ ਚਾਹੀਦੀ ਹੈ ਨਾ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਜੇ ਮੇਰੀ ਇੱਕ ਗੱਲ ਯਾਦ ਰੱਖੇ ਕਿ ਉਹ ਹੈ ਤੇਰੇ ਕੋਲ, ਤੈਨੂੰ ਬਣਾ ਵਿੱਚ ਜਾਣ ਦੀ ਲੋੜ ਨਹੀਂ, ਪਰ ਤੂੰ ਇੱਕ ਭੁਲੇਖਾ ਖਾ ਗਿਆ। ਉਹ ਇਹ ਕਿ ਤੂੰ ਦਿਸਣ ਵਾਲਾ ਰੱਬ ਢੂੰਡ ਰਿਹਾ। ਬ੍ਰਹਮਣਿਜ਼ਮ ਕੀ ਸੀ? ਬ੍ਰਹਮਣਿਜ਼ਮ ਦੀ ਸਭ ਤੋਂ ਵੱਡੀ ਸਾਨੂੰ ਪਰੇਸ਼ਾਨੀ ਦੇਣ ਵਾਲੀ ਗੱਲ ਇਹ ਸੀ ਕਿ ਉਹਨੇ ਰੱਬ ਦਿਸਣ ਵਾਲਾ ਬਣਾ ਦਿੱਤਾ ਸੀ। ਇਸੇ ਲਈ ਅੱਜ ਵੀ ਕੁਛ ਵੀਰ ਬ੍ਰਹਮਣਿਜ਼ਮ ਦੇ ਪ੍ਰਭਾਵ ਥੱਲੇ ਇਹ ਆਖਦੇ ਨੇ ਕੁਦਰਤ ਹੀ ਰੱਬ ਹੈ, ਕਿਉਂਕਿ ਕੁਦਰਤ ਦਿਸਿਆ ਹੈ, ਕੁਦਰਤ ਸਾਰੀ ਦਿਸਦੀ ਹੈ, ਕਾਦਰ ਨਹੀਂ ਦਿਸਦਾ, ਕੁਦਰਤ ਦਿਸਦੀ ਹੈ। ਇਸੇ ਲਈ ਬ੍ਰਹਮਣਿਜ਼ਮ ਨੇ ਦਰਖਤਾਂ ਦੀ, ਬੂਟਿਆਂ ਦੀ ਪੂਜਾ, ਭਾਵੇਂ ਤੁਲਸੀ ਦੀ ਅਤੇ ਭਾਵੇਂ ਜੰਡ ਦੀ, ਉਹ ਕਿਉਂਕਿ ਦਿਸਦੇ ਨੇ, ਕੁਦਰਤ ਦਾ ਹਿੱਸਾ ਨੇ, ਅਤੇ ਪੱਥਰ ਦੀ ਪੂਜਾ, ਉਹ ਦਿਸਦੇ ਨੇ, ਸਾਹਮਣੇ ਨਜ਼ਰ ਆਉਂਦੇ ਨੇ। ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਹਿੰਦੂ ਮੂਲੇ ਬੂਟੇ ਭੁੱਲੇ ਖੁੱਟੀ ਜਾਈ, ਨਾਰਦ ਕਿਆ ਸੇ ਪੂਜ ਕਰਾਈ, ਅੰਧੇ ਗੂੰਗੇ ਅੰਧਾ ਅੰਧਾਰ, ਪਾਥਰਲੇ ਪੂਜੇ ਮੁਗਤ ਗਵਾਰ। ਉਹਨੇ ਭਗਵਾਨ ਬਣਾ ਦਿੱਤਾ ਸਭ ਦਿਸਣ ਵਾਲਾ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਦਾ ਸ਼ਬਦ ਜਿਹੜਾ ਖੁਲਾਸਾ ਕਰ ਰਿਹਾ ਹੈ, ਉਹ ਕਹਿੰਦੇ ਸੰਸਾਰ ਦੇ ਅੰਦਰ ਬਹੁਤਾਤ ਲੋਕ ਬ੍ਰਹਮਣਿਜ਼ਮ ਨੂੰ ਮੰਨਣ ਵਾਲੇ ਹੀ ਲੈ ਲਓ, ਜਿਹੜੇ ਜੰਗਲਾਂ ਵਿੱਚ ਸਾਧ ਸੰਤ ਬੈਠੇ ਨੇ, ਨਾਂਗੇ ਸਾਧੂ ਬੈਠੇ ਨੇ, ਉਹਨਾਂ ਕੋਲੋਂ ਪੁੱਛੋ ਰੱਬ ਦੇਖਿਆ ਜੇ, ਉਹ ਵੀ ਮਯੂਸ ਹੋ ਕੇ ਆਖਣਗੇ ਨਹੀਂ ਦੇਖਿਆ ਨਹੀਂ। ਕਹਿਣ ਲੱਗੇ ਕਿਉਂ ਨਹੀਂ ਦੱਸਿਆ, ਅਸਫਲ ਕਿਉਂ ਨੇ? ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇੱਕ ਲਫ਼ਜ਼ ਇਸ ਗੱਲ ਦਾ ਖੁਲਾਸਾ ਕਰਦਾ ਹੈ, ਕਹਿੰਦੇ ਨੇ ਪਾਪ ਮੱਦ ਜਿਉਂ ਪਾਸ ਬਸਤ ਹੈ, ਜਿਵੇਂ ਪੋਪ ਫੁੱਲ, ਬਾਸ ਵਾਸ਼ਨਾ ਖੁਸ਼ਬੂ, ਜਿਵੇਂ ਵਿੱਚ ਜਿਵੇਂ ਪੋਪ ਵਿੱਚ ਫੁੱਲ ਵਿੱਚ ਖੁਸ਼ਬੂ ਰਹਿੰਦੀ ਹੈ, ਖੁਸ਼ਬੂ ਦਿਸਦੀ ਤਾਂ ਨਹੀਂ ਨਾ, ਫੁੱਲ ਦਿਸਦਾ। ਆਪਾਂ ਆਖਦੇ ਨੇ ਇਸ ਫੁੱਲ ਦੀ ਖੁਸ਼ਬੂ ਬੜੀ ਅੱਛੀ, ਤੈਨੂੰ ਖੁਸ਼ਬੂ ਆ ਰਹੀ, ਪਰਫਿਊਮ ਲਾ ਲਓ ਤਾਂ ਖੁਸ਼ਬੂ ਆ ਰਹੀ। ਅਜੀਬ ਗੱਲ ਹੈ, ਖੁਸ਼ਬੂ ਆ ਰਹੀ ਜਾਂ ਜਾ ਰਹੀ ਦਿਸਦੀ ਨਹੀਂ, ਪਰ ਤੂੰ ਮੰਨਣਾ ਨਾ ਵੀ ਖੁਸ਼ਬੂ ਹੈ। ਜੇ ਕੋਈ ਆਖੇ ਹੈ ਨਹੀਂ, ਮੈਨੂੰ ਆਉਂਦੀ ਹੈ ਤੈਨੂੰ ਨਹੀਂ ਆਉਂਦੀ, ਤਾਂ ਅਸੀਂ ਆਖਾਂਗੇ ਤੇਰੇ ਸੁੰਘਣ ਵਿੱਚ ਫਰਕ ਹੈ, ਖੁਸ਼ਬੂ ਤਾਂ ਹੈ ਮੈਨੂੰ ਆ ਰਹੀ।
ਜੇ ਦਿਸਣ ਵਾਲੀ ਚੀਜ਼ ਹੁੰਦੀ ਤਾਂ ਦੋਵਾਂ ਨੂੰ ਦਿਸਦੀ, ਦੋਵਾਂ ਨੂੰ ਦਿਸਦੀ, ਪਰ ਖੁਸ਼ਬੂ ਦਿਸਣ ਵਾਲੀ ਚੀਜ਼ ਨਹੀਂ, ਅਹਿਸਾਸ ਵਾਲੀ ਚੀਜ਼ ਹੈ। ਪਰ ਅਸੀਂ ਵਿਸ਼ਵਾਸ ਰੱਖਣੇ ਇਹਨਾਂ ਖੁਸ਼ਬੂ 'ਤੇ, ਬਾਜ਼ਾਰਾਂ ਵਿੱਚ ਪਰਫਿਊਮ ਦੀਆਂ ਦੁਕਾਨਾਂ 'ਤੇ ਅਤਾਰ ਲੋਕ, ਅਤਰ ਵੇਚਣ ਵਾਲੇ ਲੱਖਾਂ ਦਾ ਕਰੋੜਾਂ ਦਾ ਬਿਜ਼ਨਸ ਕਰ ਰਹੇ ਨੇ, ਆਖਰ ਉੱਥੇ ਖੁਸ਼ਬੂ ਹੀ ਤਾਂ ਵੇਖ ਰਹੇ ਆ। ਜੇ ਸ਼ੀਸ਼ੀ ਵਿੱਚੋਂ, ਬੋਤਲ ਵਿੱਚੋਂ ਖੁਸ਼ਬੂ ਨਾ ਆਵੇ, ਉਹ ਬੋਤਲ, ਉਹ ਸ਼ੀਸ਼ੀ ਕੋਈ ਪਰਫਿਊਮ ਦੀ ਕਿਉਂ ਖਰੀਦੇ? ਭਲਿਆ ਜਿਹੜੀ ਵਿੱਚੋਂ ਆ ਰਹੀ ਹੈ ਉਹ ਤਾਂ ਤੈਨੂੰ ਦਿਸਦੀ ਨਹੀਂ, ਪਰ ਤੈਨੂੰ ਵਿਸ਼ਵਾਸ ਹੈ ਨਾ ਦਿਸਦੀ, ਨਾ ਹੋਣ ਦੇ ਬਾਵਜੂਦ ਕੁਛ ਹੈ। ਕਹਿਣ ਲੱਗੇ ਇਸੇ ਤਰ੍ਹਾਂ ਰੱਬ ਹੈ, ਉਹਦੇ 'ਤੇ ਵਿਸ਼ਵਾਸ ਕਰ, ਦਿਸਦਾ ਨਹੀਂ। ਲਓ ਆਹ ਅਸਫਲਤਾ ਹੈ, ਅਸੀਂ ਦਿਸਣ ਤੋਂ ਬਿਨਾਂ ਰੱਬ ਹੈ ਹੀ ਨਹੀਂ, ਜਾਂ ਕੁਦਰਤ ਹੀ ਰੱਬ ਹੈ, ਇਸ ਭੁਲੇਖੇ ਵਿੱਚ ਪੈ ਗਏ ਹਾਂ। ਗੁਰੂ ਕਹਿੰਦੇ ਨੇ, ਇੱਕ ਫੈਸਲਾ ਦਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਕਹਿਣ ਲੱਗੇ ਪਾਪ ਮਦ ਜਿਉ ਬਸ ਬਸਤ ਹੈ, ਮੁਕਰ ਮਾਏ ਜੈਸੇ ਛਾਈ। ਜਿਵੇਂ ਸ਼ੀਸ਼ੇ ਵਿੱਚ ਮਨੁੱਖ ਦਾ ਆਪਣਾ ਅਕਸ ਦਿਸਦਾ ਹੈ ਪਰ ਹੁੰਦਾ ਨਹੀਂ, ਜੇ ਕੋਈ ਸ਼ੀਸ਼ੇ ਨੂੰ ਵੇਖ ਕੇ ਆ ਅੰਦਰ ਖਲੋਤਾ ਆਦਮੀ, ਨਹੀਂ ਉਹਨੂੰ ਪਤਾ ਹੋਵੇ ਇਹ ਮੈਂ ਹੀ ਹਾਂ, ਅੰਦਰ ਖਲੋਤਾ ਜਿਹੜਾ ਸ਼ੀਸ਼ੇ ਵਿੱਚ ਦਿਸਦਾ ਹੈ ਉਹ ਨਹੀਂ, ਅਹਿਸਾਸ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੇਰਾ ਆਪਣਾ ਹੀ ਪਰਛਾਵਾਂ, ਤੈਸੇ ਹੀ ਹਰ ਬਸੇ ਨਿਰੰਦਰ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਬਾਈ, ਘੱਟ ਹੀ ਖੋਜੋ ਬਾਈ, ਕਾਹੇ ਰੇ ਬਨ ਖੋਜਨ ਜਾਈ, ਘੱਟ ਹੀ ਖੋਜੋ ਭਾਈ, ਜੰਗਲ ਜੰਗਲ ਕਿਆ ਹੋਵੇ, ਘੱਟ ਹੀ ਖੋਜੋ ਭਾਈ, ਜੰਗਲ ਜੰਗਲ ਕਿਆ ਹੋਵੇ, ਘੱਟ ਹੀ ਖੋਜੋ ਭਾਈ, ਵਸੀ ਰੱਬ ਹੀ ਆਲੀ ਹੈ, ਜੰਗਲ ਕਿਆ ਢੂੰਡੇ, ਜੰਗਲ ਕਿਆ ਢੂੰਡੇ, ਡੰਡਾ ਡੰਡਾ
ਮੇਰਾ ਢੂੰਡਤ ਕੈ ਫਿਰੇ ਠੱਡਾ ਢੂੰਡਤ ਕੈ ਫਿਰੇ ਢੂੰਡਣ ਹੈ ਢੂੰਡਣ ਹੈ ਮਨ ਮਾਏ ਢੂੰਡਣ ਹੈ ਮਨ ਮਾਹੇ ਸੰਗ ਤੁਮਾਰ ਸੰਗ ਤੁਹਾਰੇ ਪ੍ਰਭ ਬਸੈ ਸੰਗ ਤੁਹਾਰੇ ਪ੍ਰਭ ਬਸੈ ਬਨ ਬਨ ਕਾਹੇ ਫਿਰਾਹੇ ਸੰਗ ਤੁਹਾਰੇ ਪ੍ਰਭ ਬਸੈ ਬਨ ਬਨ ਕਾਹੇ ਫਿਰਾਹੇ ਜੰਗਲ ਜੰਗਲ ਕਿਆ ਭਵੈ ਬਨੇ ਬਸੈ ਕਿਉਂ ਪਾਈ ਐ ਜੋ ਮਨੋ ਨਾ ਤਜੇ ਵਿਕਾਰ ਜੈ ਘਰ ਬਨ ਸੰਸਾਰ ਕੀਆ ਜੈ ਘਰ ਬਨ ਸੰਸਾਰ ਕੀਆ ਦੇ ਪੂਰੇ ਸੰਸਾਰ ਕਿਆ ਜੰਗਲ ਢੂੰਡੀ ਜਾਏ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਣ ਹਰਿਆਵਲਾ ਮੇਰੇ ਤਾਂ ਘਰ ਦੇ ਅੰਦਰ ਹੀ ਉਹ ਜੰਗਲ ਹੈ ਜਿੱਥੇ ਰੱਬ ਵਸਦਾ ਹੈ ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰਿਆਵਲਾ ਸੱਚ ਟਿਕੇ ਘਰ ਆਏ ਸ਼ਬਦ ਉਤਾਵਲਾ ਜੇ ਦੇਖਾਂ ਤੇ ਸੋਵੇ ਜੇ ਦੇਖਾਂ ਤੇ ਸੋਏ ਅਵਰ ਨਾ ਜਾਣੀਐ ਅਵਰ ਨਾ ਜਾਣੀਐ ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ ਰੱਬ ਦਾ ਘਰ ਅੰਦਰ ਹੈ ਗੁਰੂ ਦੀ ਮਰਜ਼ੀ ਦੀ ਕਾਰ ਕਮਾ ਫਿਰ ਵੇਖ ਉਹਦਾ ਘਰ ਪਛਾਣ ਲਏਗਾ ਮੁਸ਼ਕਲ ਤਾਂ ਇਹੀ ਹੈ ਘਰ ਨਹੀਂ ਪਛਾਣਿਆ ਜਾ ਰਿਹਾ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਨਾ ਹਰ ਭਜਿਓ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਮੈਂ ਉਪਜਿਓ
ਕਛ ਗਿਆਨਾ ਘੱਟ ਹੀ ਮਾਹੇ ਨਿਰੰਜਨ ਤੇਰੇ ਘੱਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ ਜੰਗਲ ਜੰਗਲ ਕਿਆ ਭਵੈ ਤੈਂ ਖੋਜਤ ਉਦਿਆਨਾ ਸਭ ਕਿਛ ਘਰ ਮੈਂ ਸਭ ਕਿਛ ਘਰ ਮੈਂ ਬਾਹਰ ਨਾਹੀ ਬਾਹਰ ਨਾਹੀ ਕਾਹੇ ਰੇ ਬਨ ਖੋਜਨ ਜਾਈ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਬੁਲਾਈ ਬਾਹਰ ਟੋਲੇ ਸੋ ਪਰਮ ਬੁਲਾਈ ਗੁਰਪ੍ਰਸਾਦ ਜਿਨੀ ਅੰਤਰ ਪਾਇਆ ਗੁਰਪ੍ਰਸਾਦ ਜਿਨੀ ਅੰਤਰ ਪਾਇਆ ਸਵਾਲ ਇਹ ਹੈ ਕਿ ਜੇ ਅੰਤਰ ਹੈ ਤਾਂ ਪਾਇਆ ਕਿਉਂ ਨਹੀਂ ਗਿਆ। ਬੜੀ ਖੂਬਸੂਰਤ ਐਗਜ਼ਾਮਪਲ ਭਾਈ ਗੁਰਦਾਸ ਜੀ ਨੇ ਵੀ ਦਿੱਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਦਿੱਤੀ। ਸਤਿਗੁਰੂ ਆਖਣ ਲੱਗੇ ਮੈਂ ਦੇਖਦਾ ਕੀ ਹਾਂ ਜਿਉ ਕਸਤੂਰੀ ਮਿਰਗ ਨਾ ਜਾਣੇ ਕਸਤੂਰੀ ਅੰਦਰ ਹੈ ਮਿਰਗ ਨੂੰ ਪਛਾਣ ਕੋਈ ਨਹੀਂ ਗੁਣਾ ਕਸਤੂਰੀ ਦੇ ਨਹੀਂ। ਭਾਈ ਗੁਰਦਾਸ ਜੀ ਨੇ ਤਾਂ ਦੋ ਤਿੰਨ ਐਗਜ਼ਾਮਪਲ ਦਿੱਤੀਆਂ, ਕਹਿਣ ਲੱਗੇ ਮੈਂ ਦੋ ਤਿੰਨ ਚੀਜ਼ਾਂ ਉਹ ਵੇਖੀਆਂ ਨੇ ਜਿਹੜੀਆਂ ਕੋਲ ਹੁੰਦਿਆਂ ਹੋਇਆਂ ਨਹੀਂ ਰਸ ਮਾਣ ਸਕਦੀਆਂ, ਉਹਨਾਂ ਨੂੰ ਕੋਈ ਸੁੱਖ ਨਹੀਂ। ਭਾਈ ਗੁਰਦਾਸ ਜੀ ਨੇ ਐਗਜ਼ਾਮਪਲ ਦਿੱਤੀਆਂ, ਕਹਿਣ ਲੱਗੇ ਰਤਨ ਮਣੀ ਗੱਲ ਬਾਂਦਰੇ ਕਿਹੋ ਕੀਮ ਨਾ ਜਾਣੇ, ਰਤਨਾਂ ਦੀ ਮੋਤੀਆਂ ਦੀ ਕੀਮਤੀ ਹੀਰਿਆਂ ਦੀ ਮਾਲਾ ਹਾਰ ਬਣਾ ਕੇ ਬਾਂਦਰ ਦੇ ਗਲ ਚ ਪਾ ਦਿਓ ਉਹਨੂੰ ਕੀ ਸੁੱਖ ਹੈ। ਭਾਈ ਸਾਹਿਬ ਕਹਿੰਦੇ ਨੇ ਰਤਨ ਮਣੀ ਗੱਲ ਬਾਂਦਰੇ ਕਿਹੋ ਕੀਮ ਨਾ ਜਾਣੇ। ਅਗਲੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਕੜਛੀ ਸੌ ਨਾ ਸੰਭਲੇ ਭੋਜਨ ਰਸ ਖਾਣੇ, ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾਉਂਦੀ ਹੈ ਕੜਛੀ, ਜੇ ਕੜਛੀ ਨਾ ਹੋਵੇ। ਬੀਬੀਆਂ ਤਾਂ ਜਾਣਦੀਆਂ ਨੇ ਕੜਛੀ ਦੀ ਇੰਪੋਰਟੈਂਸ ਕੀ ਹੈ, ਜੇ ਕੜਛੀ ਨਾ ਹੋਵੇ ਭੋਜਨ ਸਬਜ਼ੀ ਭਾਜੀ ਕੋਈ ਚੀਜ਼ ਕੋਈ ਵਸਤੂ ਨਹੀਂ ਸਵਾਦਲੀ ਬਣ ਸਕਦੀ, ਬਣਾਉਂਦੀ ਤੇ ਨਿਰੀ ਬਣਾਉਂਦੀ ਨਹੀਂ ਵੰਡਦੀ ਵੀ ਹੈ ਜੇ ਕੜਛੀ ਨਾ ਹੋਵੇ ਤੇ ਥਾਲ ਕਿਹਦੇ ਨਾਲ ਪਰੋਸੋਗੇ। ਭਾਈ ਸਾਹਿਬ ਨੇ ਐਗਜ਼ਾਮਪਲ ਦਿੱਤੀ ਹੈ ਕਮਾਲ,
ਕਹਿੰਦੇ ਨੇ ਕੜਛੀ ਸਾਓ ਨਾ ਸੰਭਲੇ ਭੋਜਨ ਰਸ ਖਾਣੇ। ਕੜਛੀ ਭੋਜਨ ਬਣਾਉਂਦੀ ਹੈ, ਸਵਾਦਲੇ ਭੋਜਨ ਰਸਦਾਇਕ ਭੋਜਨ ਬਣਾਉਂਦੀ ਹੈ ਅਤੇ ਨਿਰੀ ਬਣਾਉਂਦੀ ਨਹੀਂ, ਖਾਣ ਲਈ ਪਰੋਸਦੀ ਵੀ ਹੈ। ਪਰ ਕਿੱਡੀ ਅਜੀਬ ਗੱਲ ਹੈ, ਉਸੇ ਕੜਛੀ ਨਾਲ ਭੋਜਨ ਬਣਾ ਕੇ ਉਸੇ ਕੜਛੀ ਨਾਲ ਪਰੋਸ ਕੇ ਸਵਾਣੀ ਉਹ ਕੜਛੀ ਖਾਲੀ ਕਰਕੇ ਪਤੀਲੇ ਦੇ ਢੱਕਣ 'ਤੇ ਰੱਖ ਦਿੰਦੀ ਹੈ। ਉਹ ਖਾਲੀ ਖਾਣ ਵਾਲਾ ਖਾ ਗਿਆ, ਉਹ ਰਸ ਮਾਣ ਗਿਆ, ਕੜਛੀ ਫਿਰ ਖਾਲੀ ਦੀ ਖਾਲੀ ਬਣਾਉਂਦੀ ਰਹਿ ਗਈ। ਭਾਈ ਸਾਹਿਬ ਕਹਿੰਦੇ ਨੇ ਕੜਛੀ ਸਾਓ ਨਾ ਸੰਭਲੇ ਭੋਜਨ ਰਸ ਖਾਣੇ। ਤੀਜੀ ਐਗਜ਼ਾਮਪਲ ਦਿੰਦੇ ਨੇ, ਡੱਡੂ ਚਿੱਕੜ ਵਾਸ ਹੈ ਕਮਲ ਨਾ ਸਜਾਣੇ। ਡੱਡੂ ਜਿਸ ਟੋਬੇ ਵਿੱਚ ਜਿਸ ਤਲਾਬ ਵਿੱਚ ਰਹਿੰਦਾ ਉਸੇ ਤਲਾਬ ਵਿੱਚ ਕਮਲ ਫੁੱਲ ਵੀ ਖਿੜਦਾ ਹੈ, ਉਸੇ ਤਲਾਬ ਵਿੱਚ ਖਿੜਦਾ ਅਤੇ ਥੱਲੇ ਚਿੱਕੜ ਹੈ ਉਹਦੇ ਵਿੱਚ ਕਮਲ ਫੁੱਲ ਖਿੜਿਆ। ਪਰ ਡੱਡੂ ਚਿੱਕੜ ਖਾਂਦਾ, ਚਿੱਕੜ ਵਿੱਚ ਰਹਿੰਦਾ, ਕਮਲ ਨੂੰ ਸੁਝਾਉਣਦਾ ਵੀ ਨਹੀਂ, ਪਛਾਣਦਾ ਵੀ ਨਹੀਂ, ਨੇੜ ਵੀ ਨਹੀਂ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਡੱਡੂ ਚਿੱਕੜ ਵਾਸ ਹੈ ਕਮਲ ਨਾ ਸੁਝਾਉਣੇ। ਅਤੇ ਚੌਥੀ ਐਗਜ਼ਾਮਪਲ ਫਿਰ ਉਹ ਦਿੰਦੇ ਨੇ, ਕਹਿੰਦੇ ਨੇ ਨਾਪ ਕਥੂਰੀ ਮਿਰਗ ਦੇ, ਮਿਰਗ ਦੇ ਨਾਭ ਵਿੱਚ ਕਥੂਰੀ ਕਸਤੂਰੀ ਹੈ, ਨਾਭ ਕਥੂਰੀ ਮਿਰਗ ਦੇ ਫਿਰਦਾ ਹੈਰਾਨ ਹੈ, ਵਿਚਾਰਾ ਮਯੂਸ ਹੋਇਆ ਪਰੇਸ਼ਾਨੀ ਵਿੱਚ ਫਿਰਦਾ ਹੈ, ਕਿਤੋਂ ਇਹ ਖੁਸ਼ਬੂ ਆ ਰਹੀ ਹੈ, ਖੁਸ਼ਬੂ ਬੜੀ ਅੱਛੀ ਹੈ, ਮੈਂ ਇਸ ਖੁਸ਼ਬੂ ਦੇ ਟਿਕਾਣੇ ਪਹੁੰਚ ਜਾਵਾਂ ਪਰ ਪਹੁੰਚ ਨਹੀਂ ਸਕਦਾ, ਅੰਦਰ ਝਾਤ ਨਹੀਂ ਮਾਰਦਾ। ਹੁਣ ਜੇ ਦੇਖੀਏ ਤਾਂ ਇਹੋ ਕੁਝ ਸਾਡੀ ਜ਼ਿੰਦਗੀ ਵਿੱਚ ਨਹੀਂ, ਗੁਰੂ ਕਹਿੰਦੇ ਨੇ ਇਹੋ ਕੁਝ ਉਸ ਮਨੁੱਖ ਦੀ ਜ਼ਿੰਦਗੀ ਵਿੱਚ ਹੈ ਜਿਹੜਾ ਰੱਬ ਨੂੰ ਢੂੰਡ ਰਿਹਾ ਪਰ ਰੱਬ ਨੂੰ ਪਛਾਣ ਨਹੀਂ ਰਿਹਾ, ਜੰਗਲਾਂ ਵਿੱਚ ਪਿਆ ਘੁੰਮਦਾ। ਆਪਣੀ ਰਸਤਾ ਤੋਂ ਸਤਿਗੁਰੂ ਨੇ ਆਖਿਆ ਉਹ ਜੰਗਲਾਂ ਵਿੱਚ ਘੁੰਮਣ ਵਾਲੇ ਜੰਗਲਾਂ 'ਚ ਜਾਣਾ ਤਾਂ ਕਿਤੇ ਰਹਿ ਗਿਆ, ਜਿਹਨੂੰ ਰੱਬ ਦਾ ਖੁਦਾ ਦਾ ਟਿਕਾਣਾ ਆਖਦੇ ਨੇ ਤੂੰ ਉੱਥੇ ਜਾ ਕੇ ਵੀ ਰੱਬ ਨਹੀਂ ਢੂੰਡ ਸਕਦਾ। ਜੇ ਰੱਬ ਮਸੀਤੇ ਵਸਦਾ ਹੋਵੇ ਤਾਂ ਤੈਨੂੰ ਉੱਥੇ ਮਿਲ ਜਾਏ। ਮੁੱਲਾ ਕੋਈ ਐਸਾ ਕਾਜ਼ੀ ਕੋਈ ਐਸਾ ਨਾ ਹੋਵੇ ਜਿਹਨੇ ਰੱਬ ਨਾ ਵੇਖਿਆ ਹੋਵੇ। ਅੱਲੋ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤੱਤ ਨਾ ਹੇਰਾ। ਵੇਦ ਪੜੇ ਪੜੇ ਪੰਡਿਤ ਹੋਏ ਰੂਪ ਦੇਖ ਦੇਖ ਨਾਰੀ ਕਹਿਣ ਲੱਗੇ, ਇਸ ਲਈ ਇੱਕ ਖਿਆਲ ਕਰੇ ਉਹ ਢੂੰਡਣਾ ਹੋਰ ਗੱਲ ਹੈ ਪਛਾਣਨਾ ਹੋਰ ਗੱਲ ਹੈ। ਆਪਣੀ ਰਸਨਾ ਤੋਂ ਜਿਹੜੀ ਐਗਜ਼ਾਮਪਲ ਦਿੱਤੀ ਨੇ ਨਾ ਮਿਰਗ ਦੀ ਬੜੀ ਸਫਲ ਅਤੇ ਸਮਝਣ ਵਾਲੀ,
ਜਿਹੜੇ ਗੁਣ ਸਿੱਖ ਵਿੱਚ ਹੋਣੇ ਚਾਹੀਦੇ ਨੇ ਨਾ, ਉਹ ਸਾਰੇ ਗੁਣ ਮਿਰਗ ਵਿੱਚ ਨੇ। ਜਿਹੜੇ ਸਿੱਖ ਵਿੱਚ ਹੋਣੇ, ਸਿੱਖ ਦੇ ਸਿੱਖੀ ਦੀ ਸਫਲਤਾ ਦੀ ਨਿਸ਼ਾਨੀ ਉਹ ਗੁਣ ਨੇ ਜਿਹੜੇ ਗੁਣ ਮਿਰਗ ਵਿੱਚ ਨੇ। ਦੂਰ ਦੀ ਨਿਗਾਹ, ਦੂਰਨਦਰਸ਼ੀ, ਜਿੰਨੀ ਦੂਰ ਮਿਰਗ ਦੇਖ ਸਕਦਾ ਹੋਰ ਚੀਜ਼ਾਂ ਨਹੀਂ ਦੇਖ ਸਕਦੀਆਂ। ਇਸੇ ਲਈ ਮਿਰਗ ਦੀਆਂ ਅੱਖਾਂ ਨੂੰ ਸਭ ਤੋਂ ਖੂਬਸੂਰਤ ਆਖਿਆ ਗਿਆ, ਗੁਰਬਾਣੀ ਨੇ ਵੀ ਆਖਿਆ। ਲੋਕ ਵੀ ਜਿੰਨੀਆਂ ਅੱਖਾਂ ਬਹੁਤ ਖੂਬਸੂਰਤ ਹੋਣ ਉਹਨੂੰ ਆਖਦੇ ਨੇ ਮਿਰਗ ਨਾ ਨਹੀਂ ਹੈ, ਗੁਰਬਾਣੀ ਨੇ ਵੀ ਇਹ ਗੱਲ ਆਖ ਦਿੱਤੀ। ਕਹਿਣ ਲੱਗੇ ਸੁਣ ਮੁੰਦੇ ਹਰ ਨਾਖੀਏ ਗੂੜਾ ਵੈਣਾ ਪਾਰ, ਗੁਰਬਾਣੀ ਦੀ ਤੋਕਾ। ਸੁਣ ਮੁੰਦੇ ਹਰਨਾਖੀਏ, ਹਰਨਾਖੀਏ ਦਾ ਅਰਥ ਕੀ ਹੈ, ਹਰਨ ਵਰਗੀਆਂ ਅੱਖਾਂ ਵਾਲੀਏ, ਇਹਦਾ ਮਤਲਬ ਹਰਨ ਦੀਆਂ ਅੱਖਾਂ ਬੜੀਆਂ ਖੂਬਸੂਰਤ ਨੇ, ਦੂਰ ਤੱਕ ਦੇਖ ਸਕਦੀਆਂ ਨੇ, ਦੂਰ ਅੰਦੇਸ਼ ਅਤੇ ਸਿੱਖ ਦੀ ਦੂਰ ਅੰਦੇਸ਼ੀ ਹੀ ਉਸਦੀਆਂ ਅੱਖਾਂ ਨੇ। ਸਤਿਗੁਰੂ ਕਹਿੰਦੇ ਨੇ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਮੈਂ ਤੈਨੂੰ ਬੜੀ ਕੰਮ ਦੀ ਗੱਲ ਆਖਣਾ, ਜੇ ਤੇਰੀਆਂ ਅੱਖਾਂ ਵਿੱਚ ਦੂਰ ਅੰਦੇਸ਼ੀ ਹੈ ਤਾਂ ਪਹਿਲਾਂ ਵਸਤ ਸਿਆਣ ਕੇ ਤਾਂ ਕੀਚੈ ਵਪਾਰ। ਗੁਰਬਾਣੀ ਦਾ ਫੈਸਲਾ ਹੈ, ਪਹਿਲਾਂ ਪਛਾਣ ਤੇਰੀਆਂ ਅੱਖਾਂ ਦੀ ਖੂਬਸੂਰਤੀ ਕਿਸ ਲੇਖੇ ਹੈ ਜੇ ਤੇਰੇ ਅੱਖਾਂ ਵਿੱਚ ਪਛਾਣ ਕੋਈ ਨਹੀਂ। ਸੁਣ ਮੁੰਦੇ ਹਰਨਾਖੀਏ ਗੂੜਾ ਵਹਿਣ ਅਪਾਰ, ਪਹਿਲਾਂ ਵਸਤ ਸਿਆਣ ਕੇ ਤਾਂ ਕੀਚਾ ਵਪਾਰ, ਤਾਂ ਕਿ ਤੂੰ ਆਪਣੇ ਅਤੇ ਬੇਗਾਨੇ ਨੂੰ, ਸੱਜਣ ਅਤੇ ਦੁਸ਼ਮਣ ਨੂੰ ਪਛਾਣ ਸਕੇ। ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੋ ਜੈਕਾਰ, ਜਿਹੜੇ ਦੁਰਜਨ ਨੇ ਉਹਨਾਂ ਕੋਲੋਂ ਦੁਹਾਈ ਪਾਈ ਮੈਨੂੰ ਬਚਾ ਲਓ, ਭਾਵ ਦੁਸ਼ਮਣਾਂ ਕੋਲੋਂ ਬਚ ਕੇ ਰਹਿਣਾ। ਜਿਹੜਾ ਸੱਜਣ ਅਤੇ ਦੁਸ਼ਮਣ ਦੀ ਪਛਾਣ ਆਪਣੇ ਬੇਗਾਨੇ ਦੀ ਪਛਾਣ ਹੀ ਨਹੀਂ ਕਰ ਸਕਦਾ, ਉਹ ਹਮੇਸ਼ਾ ਜੀਵਨ ਵਿੱਚ ਖਤਰੇ 'ਚ ਘਿਰਿਆ ਰਹਿੰਦਾ। ਗੁਰਬਾਣੀ ਦੀ ਤੁਕਾ ਕਹਿਣ ਲੱਗੇ ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਝਾਣ ਕੇ ਤਾਂ ਕੀਚੈ ਵਪਾਰ, ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੋ ਜੈਕਾਰ, ਦੁਹਾਈ ਪਾ ਦੁਰਜਨਾ ਕੋਲੋਂ, ਦੁਸ਼ਮਣਾਂ ਕੋਲੋਂ ਬਚਣ ਲਈ, ਅਤੇ ਮਿੱਤਰਾਂ ਦੀ ਜੈ ਜੈਕਾਰ ਤਾਂ ਕਰ, ਤਾਂ ਕਿ ਤੇਰੇ ਨਾਲ ਸਾਥੀ ਹੋਣ, ਹਮਦਰਦ ਹੋਣ। ਇਸ ਲਈ ਦੂਰਨਦੇਸ਼ੀ ਦੀ ਲੋੜ ਹੈ, ਹਰਨਾਖੀ ਲਫ਼ਜ਼ ਵਰਤਿਆ ਗਿਆ, ਸੁਨਮੁੱਦੇ ਹਰਨਾਖੀ। ਹੁਣ ਦੇਖਣਾ ਹੈ ਵੀ ਹਰਨ ਦੀਆਂ ਅੱਖਾਂ ਵਿੱਚ ਦੂਰ ਦੇਖਣ ਦੀ ਸ਼ਕਤੀ ਵੀ ਹੈ, ਅਤੇ ਇੱਥੇ ਬਸ ਨਹੀਂ, ਉੱਦਮੀ ਵੀ ਹੈ। ਜਿੰਨਾ ਹਰਨ ਉੱਦਮੀ ਹੈ, ਹਜ਼ਾਰਾਂ ਮੀਲਾਂ ਤੱਕ, ਸੈਂਕੜੇ ਮੀਲਾਂ ਤੱਕ, ਜਿੱਥੇ ਤੱਕ ਉਹਨੂੰ ਰੇਤ ਦਿਸਦੀ ਹੈ ਪਾਣੀ ਦੇ ਰੂਪ ਵਿੱਚ, ਉੱਧਰ ਦੌੜਿਆ ਜਾਂਦਾ, ਥੱਕਦਾ ਹੀ ਨਹੀਂ। ਉੱਦਮੀ ਵੀ ਹੈ, ਦ੍ਰਿੜ ਵਿਸ਼ਵਾਸੀ ਵੀ ਹੈ, ਜਿਉਂ ਜਿਉਂ ਦੌੜਦਾ ਤਿਉਂ ਤਿਉਂ ਉਹ ਰੇਤ ਦੀ ਝਲਕ ਹੋਰ ਅੱਗੇ ਤੁਰੀ ਜਾਂਦੀ ਹੈ, ਪਿੱਛੇ ਨਹੀਂ ਮੁੜਦਾ, ਥੱਕਦਾ ਨਹੀਂ, ਅੱਕਦਾ ਨਹੀਂ, ਤੁਰਿਆ ਹੀ ਜਾਂਦਾ। ਕੁਰਬਾਨੀ ਦਾ ਮਾਦਾ ਵੀ ਹੈ, ਉੱਥੇ ਆਪਣੀ ਜਾਨ ਦੇ ਦਿੰਦਾ ਪਰ ਪਿਛਾ ਨਹੀਂ ਮੁੜਦਾ। ਕਹਿੰਦੇ ਨੇ ਇੰਨੀਆਂ ਇੰਨੇ ਗੁਣ ਜਿਹੜੇ ਸਿੱਖ ਵਿੱਚ ਹੋਣੇ ਚਾਹੀਦੇ ਨੇ। ਅੱਜ ਵੀ ਸਿੱਖ ਮੈਂ ਦੇਖਦਾ ਇਹ ਸਾਰੀਆਂ ਗੱਲਾਂ ਨਾਲ ਜ਼ਰੂਰ ਇਹਨਾਂ ਗੁਣਾਂ ਨੂੰ ਚਿਤਾਰਦਾ ਹੋਇਆ ਆਖਦਾ ਸਿੱਖ ਮਹਾਨ ਹੈ।
ਜਿੰਨੀ ਕੁਰਬਾਨੀ, ਜਿੰਨੀ ਦ੍ਰਿੜਤਾ ਸਿੱਖ ਵਿੱਚ ਹੈ, ਦੁਨੀਆਂ ਦੇ ਕਿਸੇ ਵਿੱਚ, ਅੱਜ ਵੀ ਮਨੁੱਖ ਗੌਰਵ ਕਰਦਾ। ਅਤੇ ਗੁਰੂ ਬਾਣੀ ਵਿੱਚ ਵੀ ਕਹਿੰਦੇ ਨੇ, ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਕਹਿੰਦੇ ਸਾਰੇ ਗੁਣ ਜਿਹੜੇ ਸਿੱਖ ਵਿੱਚ ਹੋਣੇ ਚਾਹੀਦੇ ਨੇ ਉਹ ਹਰਨ ਵਿੱਚ ਨੇ, ਮਿਰਗ ਵਿੱਚ ਨੇ। ਅਤੇ ਫਿਰ ਮਿਰਗ ਦੁਖੀ ਕਿਉਂ ਹੈ, ਅਸਫਲ ਕਿਉਂ ਹੈ? ਦੇਖਣਾ ਇਹ ਹੈ, ਫਿਰ ਇੰਨੇ ਗੁਣ ਹੁੰਦਿਆਂ ਹੋਇਆਂ ਉਹ ਮਿਰਗ ਜਿਹੜਾ ਹੈ ਅਸਫਲ ਕਿਉਂ ਹੈ? ਕਹਿੰਦੇ ਨੇ ਇਸ ਲਈ ਅਸਫਲ ਹੈ, ਗੁਣ ਸਾਰੇ ਨੇ ਪਰ ਗਿਆਨ ਕੋਈ ਨਹੀਂ, ਪਛਾਣ ਕੋਈ ਨਹੀਂ। ਦੂਰ ਦੇਖ ਸਕਦਾ ਹੈ ਪਰ ਦੂਰ ਦੇਖ ਕੇ ਪਛਾਣ ਨਹੀਂ ਸਕਿਆ, ਦੇਖ ਸਕਿਆ ਪਰ ਦੇਖ ਕੇ ਪਛਾਣ ਨਹੀਂ ਸਕਿਆ ਕਿ ਇਹ ਰੇਤ ਦੀ ਝਲਕ ਹੈ ਕਿ ਪਾਣੀ ਦਾ ਦਰਿਆ ਹੈ। ਦੇਖਣਾ ਹੋਰ ਚੀਜ਼ ਹੈ, ਪਛਾਣਨਾ ਹੋਰ ਚੀਜ਼ ਹੈ। ਕਹਿਣ ਲੱਗੇ ਦੇਖ ਸਕਿਆ ਪਰ ਪਛਾਣ ਨਹੀਂ ਸਕਿਆ, ਆਪਣੇ ਅੰਦਰ ਕਸਤੂਰੀ ਖੁਸ਼ਬੂ ਆ ਰਹੀ ਹੈ ਪਰ ਪਛਾਣ ਨਹੀਂ ਵੀ ਕਸਤੂਰੀ ਅੰਦਰ ਹੈ। ਬਾਹਰੋਂ ਕੰਢੇ ਹੇੜੇ ਦੀ ਆਵਾਜ਼ ਦੁਸ਼ਮਣ ਨੇ ਪੈਦਾ ਕਰ ਦਿੱਤੀ, ਉਹ ਆਵਾਜ਼ ਦੀ ਸਿਹਤ 'ਤੇ ਦੌੜਿਆ ਜਾਂਦਾ ਹੈ ਹਰਨ ਪਰ ਪਛਾਣ ਨਹੀਂ ਸਕਿਆ ਇਹ ਅਸਲ ਕੰਢੇ ਹੇੜੇ ਦੀ ਆਵਾਜ਼ ਹੈ, ਨਾ ਕਿ ਦੁਸ਼ਮਣ ਨੇ ਕਿਸੇ ਫਾਹੀਵਾਲ ਨੇ ਪੈਦਾ ਕੀਤੀ ਹੈ। ਕਹਿੰਦੇ ਨੇ ਇਸ ਵਾਸਤੇ ਪਛਾਣ ਦਾ ਨਾਮ ਹੀ ਗਿਆਨ ਹੈ, ਅਤੇ ਗਿਆਨ ਗੁਰੂ ਕੋਲੋਂ ਮਿਲਦਾ ਹੈ, ਉਹ ਕਿਤੋਂ ਹੋਰ ਨਸੀਬ ਨਹੀਂ ਹੁੰਦਾ। ਉਹਦੇ ਨਾਲ ਆਪਾ ਚੀਨਿਆ ਜਾਂਦਾ, ਭਾਵ ਆਪਣੇ ਆਪੇ ਦੀ ਪਛਾਣ ਹੁੰਦੀ ਹੈ ਪਹਿਲਾਂ। ਜੇ ਮਿਰਗ ਨੂੰ ਆਪੇ ਦੀ ਪਛਾਣ ਹੋ ਜਾਏ, ਅੰਦਰ ਝਾਤ ਪਾ ਲੈ ਕਿ ਨਾਭ ਕਥੂਰੀ ਮਿਰਗ ਦੇ ਫਿਰਦਾ ਹੈਰਾਨੇ, ਵੀ ਕਸਤੂਰੀ ਤਾਂ ਮੇਰੇ ਅੰਦਰ ਹੈ। ਜੇ ਤੈਨੂੰ ਇਹ ਪਤਾ ਲੱਗ ਜਾਏ ਨਿਰੰਕਾਰ ਮੇਰੇ ਅੰਦਰ ਹੈ, ਮੈਂ ਜੰਗਲਾਂ ਵਿੱਚ ਕਿਉਂ ਫਿਰਾਂ, ਤਾਂ ਜੰਗਲਾਂ ਵਿੱਚ ਬਣਾਂ ਵਿੱਚ ਫਿਰਨ ਵਾਲਾ ਕੋਈ ਤੁਹਾਨੂੰ ਨਾ ਮਿਲੇ, ਉਹ ਆਪਣੇ ਅੰਦਰ ਝਾਤ ਪਾਉਣ ਵਾਲਾ ਹੋਵੇ, ਆਪਣੇ ਆਪ ਦੀ ਪਛਾਣ ਵਾਲਾ ਹੋਵੇ। ਔਰ ਇਹੋ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਰੀ ਲਾਈਨ ਵਿੱਚ, ਅੱਜ ਦੇ ਸ਼ਬਦ ਦੀ ਆਖਰੀ ਲਾਈਨ ਵਿੱਚ ਆਖ ਦਿੱਤੀ, ਕਹਿਣ ਲੱਗੇ ਬਾਹਰ ਭੀਤਰ ਇੱਕੋ ਜਾਨੋ, ਬਾਹਰ ਭੀਤਰ ਇੱਕੋ ਜਾਨੋ, ਇਹ ਗੁਰ ਗਿਆਨ ਬਤਾਈ। ਨਾਨਕ ਬਿਨ ਆਪਾ ਚੀਨੇ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਨਾ
ਭਰਮ ਕੀ ਕਹੀ ਅੱਜ ਵਾਲਾ ਇਹ ਸਬਜੈਕਟ ਜਿਹੜਾ ਸ਼ੁਰੂ ਆਪਾਂ ਕੀਤਾ ਹੈ, ਇਹਦੇ ਵੀ ਬਹੁਤ ਸਾਰੇ ਪਹਿਲੂ ਨੇ, ਪੱਖ ਨੇ ਜਿਹੜੇ ਸਮਝਣੇ ਨੇ, ਕਿ ਉਦੋਂ ਦੀ ਸ਼ੁਰੂ ਕਰ ਦੇਈਦਾ ਕੋਈ ਚੀਜ਼ਾਂ ਸਬਜੈਕਟ, ਅਤੇ ਫਿਰ ਅੱਗੇ ਦੀ ਅੱਗੇ ਰਾਹ ਮਿਲਦਾ ਜਾਂਦਾ। ਸਾਨੂੰ ਪਤਾ ਹੋਵੇ ਬਣ ਕੀ ਹੈ। ਹਰ ਇੱਕ ਕੁਦਰਤ ਦੇ ਪਹਿਲੂ ਦੇ ਦੋ ਪੱਖ ਗੁਰਬਾਣੀ ਨੇ ਮੰਨੇ ਨੇ, ਰੱਬ ਨੇ ਪੈਦਾ ਕੀਤੇ ਨੇ। ਅਸੀਂ ਉਹ ਸਮਝ, ਜਿੰਨੀ ਦੇਰ ਨਹੀਂ ਸਮਝਾਂਗੇ ਓਨੀ ਦੇਰ ਪਛਾਣ। ਸਤਿਗੁਰੂ ਨੇ ਬਾਣੀ ਵਿੱਚ ਵੀ ਕਹਿ ਦਿੱਤਾ ਹੈ, ਕਹਿਣ ਲੱਗੇ ਲਿਵ ਧਾਤ ਦੋਏ ਰਾਹ ਹੈ। ਲਿਵ ਦਾ ਮਤਲਬ ਟਿਕਾਓ, ਲਿਵ ਲੱਗ ਗਈ ਟਿਕ ਗਿਆ, ਧਾਤ ਮਤਲਬ ਧੌਣਾ, ਦੌੜਨਾ, ਭਟਕਣਾ। ਇਹ ਦੋ ਰਸਤੇ ਵੱਖਰੇ ਵੱਖਰੇ ਨੇ। ਜਿਹੜਾ ਟਿਕਾਓ ਵਾਲਾ ਹੈ ਉਹ ਧੌਣ ਵਾਲਾ ਨਹੀਂ ਹੁੰਦਾ, ਜਿਹੜਾ ਧੌਣ ਵਾਲਾ ਦੌੜ ਵਾਲਾ ਹੈ ਉਹ ਲਿਵ ਵਾਲਾ ਨਹੀਂ ਹੁੰਦਾ। ਪਰ ਇਹ ਦੋਵੇਂ ਰਾਹ ਨੇ, ਲਿਵ ਧਾਤ ਦੋਏ ਰਾਹ ਹੈ, ਇਹ ਦੋ ਰਾਹ ਨੇ। ਔਰ ਹਰ ਇੱਕ ਚੀਜ਼ ਵਿੱਚ ਨੇ, ਜਿਹਨੂੰ ਆਪਾਂ ਦੂਜੇ ਲਫਜ਼ ਕਹਿੰਦੇ ਹਾਂ ਗੁਣ ਅਵਗੁਣ, ਨੇਕੀ ਬਦੀ, ਚੰਗਾ ਮੰਦਾ, ਰਾਤ ਦਿਨ, ਅੰਧੇਰਾ ਚਾਨਣ, ਸਰਦੀ ਗਰਮੀ, ਹਰ ਇੱਕ ਚੀਜ਼ ਦੇ ਦੋ ਪਹਿਲੂ ਨੇ ਜਿਹੜੇ ਸਮਝਣੇ ਪੈਣੇ ਨੇ। ਇਸੇ ਤਰ੍ਹਾਂ ਆਪਾਂ ਆਹ ਜਿਹੜਾ ਜੰਗਲ ਦਾ ਸਬਜੈਕਟ ਆਇਆ ਹੈ ਨਾ ਬਣ ਬਣ ਵਿੱਚ, ਇਹਦੇ ਵੀ ਕੁਝ ਪਹਿਲੂ ਨੇ। ਗੁਰੂ ਕਿਰਪਾ ਕਰੇ ਕੱਲ੍ਹ ਸਵੇਰ ਦੇ ਸਮਾਗਮ ਵਿੱਚ ਸ਼ੁਰੂ ਕਰਾਂਗੇ, ਹੋ ਸਕਦਾ ਆਪਾਂ ਨੂੰ ਅਗਲੇ ਹਫ਼ਤੇ ਵੀ ਲਿਜਾਣ। ਸੋ ਗੁਰੂ ਬਖਸ਼ਿਸ਼ ਕਰੇ। ਸਾਡਾ ਮਕਸਦ ਕੇਵਲ ਗੁਰਬਾਣੀ ਨੂੰ ਸਮਝਣਾ ਹੈ, ਇਸ ਅਸਥਾਨ 'ਤੇ
ਗੁਰਬਾਣੀ ਦੀ ਸਾਨੂੰ ਹਰ ਪਹਿਲੂ ਤੋਂ ਚੰਗੀ ਤਰ੍ਹਾਂ ਸਮਝ ਆ ਜਾਏ, ਹਿਰਦੇ 'ਚ ਵੱਸ ਜਾਏ, ਸਾਡੇ ਜੀਵਨ ਦੇ ਕਰਤੱਵ ਵਿੱਚ ਭਲਾ ਗੁਰੂ ਕਿਰਪਾ ਕਰੇ ਆ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।